ਜਿੰਨੇ ਵੀ ਆਏ ਦੇ ਅੰਮ੍ਰਿਤਪਾਲ ਦੇ ਸਪੋਰਟਰ ਆ, ਕਦੇ ਕਿਸੇ ਦਾ ਕਦੇ ਦੇਖਿਆ ਕਿਸੇ ਨੇ ਵੀ ਹਾਂ ਵੀ ਕੋਈ ਕਿਹਾ ਹੋਵੇ ਭਾਈ ਵੀ ਹਾਂ ਵੀ ਸ਼ਰਾਬ ਦਾ ਵੀ ਵਿਰੋਧ, ਸ਼ਰਾਬ ਵੀ ਨਸ਼ਾ ਵਾ, ਸ਼ਰਾਬ ਛਡਾਉਣੀ, ਠੇਕੇ ਬੰਦ ਕਰਾਉਣੇ ਆ? ਸਾਰੇ ਅਮਲੀ ਆ ਜਿੰਨੇ ਅੰਮ੍ਰਿਤਪਾਲ ਦੇ ਸਪੋਰਟਰ ਆ, ਠੀਕ ਆ, ਜਿਹੜੇ ਨਸ਼ੇ ਦਾ ਰੌਲਾ ਪਾਉਂਦੇ ਫਿਰਦੇ ਆ, ਤੇ ਇਹਨਾਂ ਦਾ ਮਾੜਾ ਜਿਹਾ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਮਾਰ ਕੇ ਦੇਖਿਓ ਵੀ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ, ਤੇ ਜੇ ਵਿਕਦਾ ਆ ਤਾਂ ਫਿਰ ਬੰਦ ਕਿਉਂ ਨੀ ਕਰਾਉਂਦੇ? ਨਸ਼ੇ ਨੁਸ਼ੇ ਵਾਲਾ ਤਾਂ ਰੌਲਾ ਹੀ ਸੀ, ਮਸਲਾ ਤਾਂ ਕੁਰਸੀ ਦਾ ਆ ਮੇਨ ਜਿਹੜਾ ਹੈਗਾ ਆ, ਠੀਕ ਹੈ। ਇਸ ਕਰਕੇ ਅੱਜ ਗੱਲ ਕਰਨੀ ਆਪਾਂ ਭਗਤ ਸਿੰਘ ਦੁਆਬੀ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਆ ਹਾਈ ਕੋਰਟ ਦੇ ਵਿੱਚ, ਤੇ ਭੇਡਾਂ ਦੀਆਂ ਚੀਕਾਂ ਪਵਾਤੀਆਂ। ਮੈਂ ਯੂਟਿਊਬ ਤੇ ਵੀਡੀਓ ਦੇਖਦਾ ਸੀ, ਹੁਣ ਮੈਨੂੰ ਨਹੀਂ ਪਤਾ ਵੀ ਹੋਰ ਕਿੱਥੇ ਕਿੱਥੇ ਜਿਹੜਾ ਹੈਗਾ ਵੀਡੀਓ ਚੱਲੀ ਹੋਊਗੀ। ਭੇਡਾਂ ਦੀ ਜਾਨ ਨਿਕਲੀ ਪਈ ਆ, ਉਹ ਪਰਿਵਾਰ ਜੀ ਅੱਗੇ ਇੰਨੀਆਂ ਮੁਸੀਬਤਾਂ ਦੇ ਨਾਲ ਜੂਝ ਰਿਹਾ ਵਾ, ਤੁਸੀਂ ਜੀ ਮਤਲਬ ਇੱਦਾਂ ਕਰ ਦਿੱਤਾ, ਉਹਨਾਂ ਨੂੰ ਦੁਖੀ ਕੀਤਾ। ਇਹ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਬੰਦੇ ਜਿਹਨੂੰ ਆਈਡਲ ਮੰਨਦੇ ਹੁੰਦੇ ਨਾ, ਉਹਨੂੰ ਢਾਲ ਬਣਾ ਕੇ ਜਿਹੜਾ ਹੈਗਾ ਜਦੋਂ ਦੂਜੇ ਤੇ ਵਾਰ ਕਰਦੇ ਆ, ਆਪ ਹੀ ਉਹਦੇ ਮਗਰ ਲੁਕ ਜਾਂਦੇ ਹੁੰਦੇ ਆ, ਪਰ ਨੁਕਸਾਨ ਜਿਹੜਾ ਹੁੰਦਾ, ਜਿਹੜੀ ਮੂਹਰੇ ਢਾਲ ਹੁੰਦੀ ਹੈ ਨਾ, ਉਹਦਾ ਹੁੰਦਾ ਹੁੰਦਾ। ਪਹਿਲਾਂ ਬਾਬਾ ਜਰਨੈਲ ਸਿੰਘ ਨੂੰ ਇਹ ਹੀਰੋ ਮੰਨਦੇ ਸੀ, ਜਿਹੜੇ ਕੁਛ ਕੁ ਬੰਦੇ ਜਿਹੜੇ ਸੀ ਇੱਦਾਂ ਦੇ ਜਿਹਨਾਂ ਨੇ ਗੰਦ ਪਾਇਆ ਸੀ, ਤੇ ਫੋਟੋਆਂ ਐਡਿਟ ਕਰਦੇ ਹੁੰਦੇ ਸੀ, ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹੁੰਦੇ ਸੀ, ਤੇ ਉਸ ਚੀਜ਼ ਦਾ ਜਿਹੜਾ ਵਿਰੋਧ ਹੋਇਆ, ਫਿਰ ਉਹਦਾ ਨੁਕਸਾਨ ਪਤਾ ਕਿਹਨੇ ਕਰਾਇਆ? ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਹੋਈਆਂ, ਬਾਬਾ ਜਰਨੈਲ ਸਿੰਘ ਦੀਆਂ ਹੋਈਆਂ, ਬੀਬੀ ਦਲੇਰ ਕੌਰ ਦੀਆਂ ਹੋਈਆਂ, ਠੀਕ ਆ, ਹੋਰ ਮਤਲਬ ਚਲੋ ਬਾਬਾ ਹਰਨਾਮ ਸਿੰਘ ਧੁੰਮੇ ਦੀਆਂ ਵੀ ਹੋਈਆਂ ਹੋਣਗੀਆਂ। ਹੁਣ ਇਹਨਾਂ ਨੇ ਫੇਰ ਇਹ ਕੰਮ ਫੜ ਲਿਆ ਵੀ ਜਿਹੜਾ ਬੰਦਾ ਵੀ ਸੱਚ ਦੀ ਗੱਲ ਕਰਦਾ, ਮਤਲਬ ਤੁਹਾਡਾ ਵਿਰੋਧ ਵੀ ਕਰਦਾ ਆ, ਤੁਸੀਂ ਉਹਦੇ ਪਰਿਵਾਰ ਦਾ, ਠੀਕ ਆ, ਜਾਂ ਉਹਨੂੰ ਮਾਵਾਂ ਭੈਣਾਂ ਦੀਆਂ ਗੱਲਾਂ ਕਰਦੇ ਹੋ। ਹੁਣ ਮੈਨੂੰ ਜਿਹੜੀ ਗੱਲ ਪਤਾ ਲੱਗੀ ਸੀ ਵੀ ਇਹਨਾਂ ਨੇ ਭਗਤ ਸਿੰਘ ਦੁਆਬੀ ਦੀ ਲੜਕੀ ਜਿਹੜੀ ਹੈਗੀ ਹੈ, ਜਿੱਥੇ ਪੜ੍ਹਦੀ ਆ ਜਾਂ ਉਹਦਾ ਆਫਿਸ ਦਾ ਐਡਰੈਸ ਆ, ਸਾਰਾ ਉਹ ਜਨਤਕ ਕੀਤਾ ਸੀ। ਤੇ ਜਦੋਂ ਤਾਂ ਮਤਲਬ ਵੀ ਤੁਸੀਂ ਏਦਾਂ ਕੋਈ ਪੁੱਠਾ ਕੰਮ ਕਰਦੇ ਆ, ਫੇਰ ਜਿਹੜਾ ਹੈਗਾ ਵੀ ਤੁਸੀਂ ਖੁਸ਼ ਹੁੰਦੇ ਆ, ਖੁਸ਼ੀ ਮਨਾਉਂਦੇ ਆ, ਤੇ ਦੂਜੇ ਨੂੰ ਤੁਸੀਂ ਤੰਗ ਕਰਦੇ ਆ। ਤੇ ਜਦੋਂ ਕੋਈ ਅੰਮ੍ਰਿਤਪਾਲ ਦੀ ਘਰ ਵਾਲੀ ਦੀ ਫੋਟੋ ਵੀ ਵਾਇਰਲ ਕਰ ਦਿੰਦਾ, ਨਾਲੇ ਅਗਲਾ ਆਪ ਨੀ ਖਿੱਚਦਾ, ਨਿਊਜ਼ ਚੈਨਲ ਤੋਂ ਹੀ ਚੱਕ ਕੇ ਪਾ ਦਿੰਦਾ ਭਾਈ ਵੀ ਆਹ ਅੰਮ੍ਰਿਤਪਾਲ ਦੀ ਘਰ ਵਾਲੀ ਇੱਥੇ ਗਈ ਆ, ਇੱਦਾਂ ਹੋਈ, ਫੇਰ ਤੁਸੀਂ ਗੁੱਸਾ ਕਰ ਜਾਂਦੇ, ਠੀਕ ਆ। ਪਰਿਵਾਰ ਤਾਂ ਸਾਰਿਆਂ ਦੇ ਇੱਕੋ ਜਿਹਾ ਹੀ ਆ, ਤੁਹਾਡੇ ਕਿਰਦਾਰ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਕਿਰਦਾਰ ਖੁਸ਼ੀ, ਭਾਈ ਸਾਹਿਬ ਦੀ ਕਿਰਦਾਰ ਖੁਸ਼ੀ ਕਰਦੇ ਆ ਜੀ, ਕਿਰਦਾਰ ਖੁਸ਼ੀ, ਉਹ ਕਿਰਦਾਰ ਖੁਸ਼ੀ ਉਹਦੀ ਹੁੰਦੀ ਜਿਹਦਾ ਕੋਈ ਕਿਰਦਾਰ ਹੋਵੇ। ਤੁਹਾਡਾ ਭਾਈ ਸਾਹਿਬ ਲੁੱਚਿਆਂ ਦਾ ਸਰਦਾਰ ਆ, ਲੁੱਚਿਆਂ ਦਾ ਸਰਦਾਰ, ਠੀਕ ਆ, ਉਹਦਾ ਕੋਈ ਕਿਰਦਾਰ ਨਹੀਂ ਹੈ, ਤੇ ਨਾ ਕੋਈ ਉਹਦੇ ਕਿਰਦਾਰ ਨੂੰ ਢਾਹ ਲੱਗ ਸਕਦੀ, ਉਹਦੇ ਝੰਡੇ ਨਹੀਂ ਝੂਲਦੇ ਹੈਗੇ ਕਿਰਦਾਰ ਦੇ, ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖੀ ਸਿੱਖੀ ਹੁੰਦੀ ਕੀ ਆ, ਤੁਹਾਨੂੰ ਉਹ ਵੀ ਨਹੀਂ ਪਤਾ, ਸਾਡੀਆਂ ਮਰਿਆਦਾਵਾਂ ਕੀ ਆ, ਅਸੀਂ ਕਿਹੜੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕਿਸੇ ਨਾਲ ਗੱਲ ਕਰਨੀ ਆ। ਕੋਈ ਜਿੱਦਾਂ ਕਹਿ ਲਓ ਵੀ ਜਦੋਂ ਨਾ ਕਿਸੇ ਦੇ ਨਾਲ ਬੰਦਾ ਕੋਈ ਗੱਲ ਕਰਦਾ, ਚਾਹੇ ਕੋਈ ਬੱਚਾ ਹੋਵੇ ਜਾਂ ਕੋਈ ਪਰਿਵਾਰ ਦੀ ਲੜਕੀ ਕੋਈ ਵੀ ਹੋਵੇ, ਜਦੋਂ ਕਿਸੇ ਨਾਲ ਕੋਈ ਸੰਬੰਧ ਬਣਦਾ ਗੱਲਬਾਤ ਦੇ ਵਿੱਚ, ਤੇ ਉਹਦੇ ਸੰਸਕਾਰ ਪਤਾ ਲੱਗਦੇ ਆ ਵੀ ਇਹ ਬੱਚੇ ਨੂੰ ਘਰਦਿਆਂ ਨੇ ਕੀ ਸਿਖਾਇਆ ਹੋਊਗਾ, ਕਿੱਥੋਂ ਪੜ੍ਹਿਆ ਹੋਊਗਾ, ਹਨਾ, ਵੀ ਕਿੰਨੇ ਵਧੀਆ ਸੰਸਕਾਰ ਆ। ਤੇ ਜਿਹੜਾ ਇਹ ਲਾਣਾ ਆ, ਇਹ ਵਾਰਸ ਪੰਜਾਬ ਵਾਲੇ ਜਿੰਨੇ ਵੀ ਆ, ਤੇ ਇਹਨਾਂ ਦੇ ਸੰਸਕਾਰ ਤਾਂ ਸਾਰਿਆਂ ਨੂੰ ਪਤਾ ਹੀ ਆ, ਕਮੈਂਟਾਂ ਦੇ ਵਿੱਚ ਪਤਾ ਲੱਗਦਾ ਹੀ ਆ।
ਜਿਹੜੇ ਸਿਆਣੇ ਬੰਦੇ ਹੁੰਦੇ ਨਾ, ਜਿਹੜੇ ਅਕਲਮੰਦ ਬੰਦੇ ਆ, ਉਹ ਵਿਚਾਰੇ ਪਰਿਵਾਰਾਂ ਵਾਲੇ ਇਸ ਕਰਕੇ ਨਹੀਂ ਬੋਲਦੇ ਵੀ ਸਾਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣਗੇ, ਧਮਕੀਆਂ ਦੇਣਗੇ। ਠੀਕ ਹੈ, ਮੈਂ ਅੱਗੇ ਵੀ ਗੱਲ ਕੀਤੀ ਸੀ, ਇਹਨਾਂ ਦਾ ਕੰਮ ਆ ਮਾਮਾ ਭੈਣਾਂ ਦੀਆਂ ਗਾਲਾਂ ਕੱਢਣੀਆਂ, ਠੀਕ ਹੈ, ਧਮਕੀਆਂ ਦੇਣੀਆਂ। ਹੁਣ ਕਿਸੇ ਦੀ ਲੜਕੀ ਦਾ ਤੁਸੀਂ ਸਕੂਲ ਦਾ ਮਤਲਬ ਜਿਹੜਾ ਹੈਗਾ ਉਹ ਲੋਕੇਸ਼ਨ ਜਾਂ ਐਡਰੈਸ ਤੁਸੀਂ ਉਹ ਜਨਤਕ ਕਰਦੇ ਆ ਜਾਂ ਉਹਦੇ ਘਰ ਦਾ ਵੀ ਕਰਦੇ ਆ, ਤੇ ਇਹਦਾ ਕਹਿਣ ਦਾ ਮਤਲਬ ਤੇ ਇਹੀ ਆ ਵੀ ਭਾਈ ਵੀ ਹਾਂ ਵੀ ਤੁਸੀਂ ਉਹਦੇ ਤੇ ਅਟੈਕ ਕਰ ਸਕਦੇ ਆ ਜਾਂ ਕੁਛ ਕੋਈ ਗਲਤ ਘਟਨਾ ਨੂੰ ਅੰਜਾਮ ਦੇ ਸਕਦੇ ਆ। ਤੇ ਇਹਦੇ ਵਿੱਚ ਤਾਂ ਕੋਈ 100 ਚੋਂ ਮੈਂ ਕਹਿੰਦਾ 1% ਵੀ ਚਾਂਸ ਇੱਦਾਂ ਦਾ ਹੈ ਹੀ ਨਹੀਂ ਵੀ ਕੋਈ ਬੰਦਾ ਕਹੇ ਵੀ ਭਾਈ ਤੁਹਾਡਾ ਰਾਜ ਹੋਣਾ ਚਾਹੀਦਾ। ਤੁਸੀਂ ਮਤਲਬ ਉਹ ਗਾਉਂਦੇ ਆ ਵੀ ਜਿਹੜਾ ਮਤਲਬ ਵੀ ਜੇ ਤੁਹਾਡਾ ਰਾਜ ਆ ਗਿਆ ਜਾਂ ਤੁਹਾਡੀ ਗਿਣਤੀ ਵੱਧ ਗਈ ਤੇ ਫਿਰ ਜੰਗ ਹੀ ਲੱਗੂਗੀ। ਤੇ ਜੰਗ ਵੀ ਕਿੱਦਾਂ ਦੀ ਲੱਗੂਗੀ? ਠੀਕ ਹੈ, ਤੁਸੀਂ ਇਹ ਜਿਹੜਾ ਲਾਣਾ ਵਾ ਨਾ, ਇਹ ਸੂਤ ਉਹਨਾਂ ਤੋਂ ਨੀ ਆਉਣਾ ਹੈ, ਇਹ ਸਰਕਾਰਾਂ ਤੋਂ ਨੀ ਸੂਤ ਆਉਣ ਵਾਲਾ ਹੈ, ਇਹ ਫਿਰ ਸਿੰਘ ਹੀ ਸੋਧਣਗੇ ਇਹਨਾਂ ਨੂੰ। ਫਿਰ ਜਿਹੜਾ ਇਹ ਕਹਿੰਦੇ ਨਾ ਵੀ ਸੋਧੇ ਸੋਧੇ ਦੀਆਂ ਗੱਲਾਂ ਕਰਦੇ ਰਹਿੰਦੇ, ਫਿਰ ਸਿੰਘ ਹੀ ਸੋਧਣਗੇ ਇਹਨਾਂ ਨੂੰ ਤੇ ਫੇਰ ਹੀ ਕੰਮ ਸੂਤ ਆਉਣਾ। ਕਹਿੰਦੇ ਲੋਹੇ ਨੂੰ ਲੋਹਾ ਹੀ ਵੱਢਦਾ, ਤੁਹਾਡਾ ਜਿਹੜਾ ਕਾਲ ਆ ਨਾ ਉਹ ਖਾਲਸਾ ਹੀ ਆ, ਉਹਨਾਂ ਤੋਂ ਹੀ ਸੂਤ ਆਉਣਾ ਤੁਸੀਂ ਵੀ ਇੰਨੇ ਬਗੈਰਤ। ਗੁਰਬਾਣੀ ਕਹਿੰਦੀ ਵੀ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ। ਠੀਕ ਆ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿੰਨ ਭੂਤ ਹੀ ਜਿਹੜੇ ਹੈਗੇ ਉਹ ਪੈਦਾ ਹੋ ਰਹੇ ਆ ਤੇ ਉਹ ਅਵਤਾਰ ਤੁਸੀਂ ਆ ਜਿੰਨ ਭੂਤਾਂ ਵਾਲੇ ਜਿੰਨੇ ਵੀ ਹੈਗੇ ਆ। ਜਿਹੜਾ ਵੀ ਕੋਈ ਨਸ਼ਾ ਕਰਦਾ, ਕੋਈ ਗੋਲੀਆਂ ਵਾਲਾ, ਕੈਪਸੂਲਾਂ ਵਾਲਾ, ਕੋਈ ਗੁੰਡਾਗਰਦੀ, ਕਦੇ ਇਹਨਾਂ ਦਾ ਕੋਈ ਬਿਆਨ ਦੇਖਿਆ ਵੀ ਹਾਂ ਵੀ ਕੋਈ ਗੈਂਗਸਟਰਾਂ ਦੇ ਵਿਰੁੱਧ ਹੋਵੇ? ਜਿੰਨੇ ਵੀ ਆਏ ਦੇ ਅੰਮ੍ਰਿਤਪਾਲ ਦੇ ਸਪੋਰਟਰ ਆ, ਕਦੇ ਕਿਸੇ ਦਾ ਕਦੇ ਦੇਖਿਆ ਕਿਸੇ ਨੇ ਵੀ ਹਾਂ ਵੀ ਕੋਈ ਕਿਹਾ ਹੋਵੇ ਭਾਈ ਵੀ ਹਾਂ ਵੀ ਸ਼ਰਾਬ ਦਾ ਵੀ ਵਿਰੋਧ, ਸ਼ਰਾਬ ਵੀ ਨਸ਼ਾ ਵਾ, ਸ਼ਰਾਬ ਛਡਾਉਣੀ, ਠੇਕੇ ਬੰਦ ਕਰਾਉਣੇ ਆ? ਸਾਰੇ ਅਮਲੀ ਹੈ ਜਿੰਨੇ ਅੰਮ੍ਰਿਤਪਾਲ ਦੇ ਸਪੋਰਟਰ ਆ, ਠੀਕ ਹੈ, ਜਿਹੜੇ ਨਸ਼ੇ ਦਾ ਰੌਲਾ ਪਾਉਂਦੇ ਫਿਰਦੇ ਆ। ਤੇ ਇਹਨਾਂ ਦਾ ਮਾੜਾ ਜਿਹਾ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਮਾਰ ਕੇ ਦੇਖਿਓ ਵੀ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ, ਤੇ ਜੇ ਵਿਕਦਾ ਤਾਂ ਫਿਰ ਬੰਦ ਕਿਉਂ ਨਹੀਂ ਕਰਾਉਂਦੇ? ਨਸ਼ੇ ਨੁਸ਼ੇ ਵਾਲਾ ਤਾਂ ਰੌਲਾ ਹੀ ਸੀ, ਮਸਲਾ ਤਾਂ ਕੁਰਸੀ ਦਾ ਆ ਮੇਨ ਜਿਹੜਾ ਹੈਗਾ ਆ। ਠੀਕ ਹੈ, ਇਸ ਕਰਕੇ ਮੈਂ ਕਹਿੰਦਾ ਵੀ ਬਗੈਰ ਤੋਂ ਅਕਲ ਕਰੋ ਕਿ ਮਾੜਾ ਮੋਟਾ ਕੋਈ ਜਿਹੜਾ ਤੁਸੀਂ ਗੱਲ ਕਰਦੇ ਨਾ ਵੀ ਸਾਡੇ ਨਾਲ ਧੱਕਾ ਹੋਇਆ 84 ਤੋਂ ਬਾਅਦ ਜੀ, ਸਾਡੀਆਂ ਧੀਆਂ ਭੈਣਾਂ ਨਾਲ ਇੱਦਾਂ ਕੀਤੀ ਉਹ ਕੀਤੀ, ਉਹਨਾਂ ਕੋਲ ਗੁਰੂ ਦੀ ਸਿੱਖੀ ਨਹੀਂ ਸੀ। ਠੀਕ ਹੈ, ਉਹਨਾਂ ਕੋਲ ਗੁਰੂ ਦੀ ਸਿੱਖੀ ਨਹੀਂ ਸੀ ਤੇ ਉਹ ਬੰਦਿਆਂ ਨੇ ਧੱਕਾ ਕੀਤਾ। ਤੁਸੀਂ ਲਾਂਟੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਢਾਲ ਆ ਰਹੇ ਹਾਂ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਿਹੜਾ ਸਾਜਿਆ ਸੀ ਨਾ ਉਹਨੂੰ ਢਾ ਰਹੇ ਹਾਂ, ਤੁਸੀਂ ਉਹਦੀ ਪੱਗ ਨੂੰ ਦਾਗ ਲਾ ਰਹੇ ਹਾਂ। ਤੁਹਾਡੇ ਕਿਰਦਾਰ ਦੇਖ ਕੇ ਮੈਂ ਕਹਿੰਦਾ ਵੀ ਲੋਕੀ ਥੁੱਕਦੇ ਆ, ਮਤਲਬ ਵੀ ਖਾਲਸਿਆਂ ਦੀ ਤਾਂ ਇੱਜ਼ਤ ਹੀ ਨਹੀਂ ਰਹਿ ਗਈ ਤੁਹਾਡੇ ਕਰਕੇ, ਇੰਨਾ ਤੁਸੀਂ ਨਾਮ ਬਦਨਾਮ ਕੀਤਾ। ਜੇ ਕੋਈ ਬੰਦਾ ਕੋਈ ਸੱਚ ਦੀ ਗੱਲ ਕਰਦਾ ਤੁਸੀਂ ਨਾਲ ਹੀ ਲੋਕਾਂ ਨੂੰ ਮਾਵਾਂ ਪੈਣਾ, ਜਿੰਨਾ ਗੰਦ ਹੈ ਇਹਨਾਂ ਨੂੰ। ਮੈਂ ਕਹਿੰਦਾ ਵੀ ਇਹਨਾਂ ਦੇ ਵਿੱਚ ਸਾਰੇ ਨਿਤਨੇਮੀ ਸਿੰਘ ਹੀ ਆ ਇਹ, ਜਿੰਨਾ ਵਾਰਸ ਪੰਜਾਬ ਦੀ ਜਥੇਬੰਦੀ ਵਾਲੇ ਨਾ ਸਾਰੇ ਨਿਤਨੇਮੀ, ਬਾਣੀ ਸਿਮਰਨ ਬੰਦਗੀ, ਠੀਕ ਹੈ, ਕਰਕੇ ਇਹਨਾਂ ਨੇ ਫੇਰ ਉੱਠਣਾ, ਫੇਰ ਉਸ ਤੋਂ ਬਾਅਦ ਵਿਰੋਧ ਕਰਨਾ। ਨਰਕਾਂ ਭਰੀ ਜ਼ਿੰਦਗੀ ਤੁਸੀਂ ਜੀ ਰਹੇ ਹਾਂ, ਠੀਕ ਹੈ, ਲੋਕਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਮਾੜੀ ਤੁਸੀਂ ਅੱਖ ਰੱਖਦੇ ਆ, ਫਿਰ ਤੁਸੀਂ ਵਿਰੋਧ ਕਰਦੇ ਆ ਜੀ ਭਈਏ ਸਾਡੀਆਂ ਧੀਆਂ ਭੈਣਾਂ ਤੇ ਮਾੜੀ ਅੱਖ ਰੱਖਦੇ ਆ? ਉਹ ਲਾਣਤੀ ਉਹ ਭਈਏ ਤੁਹਾਡੇ ਨਾਲੋਂ ਕਈ ਗੁਣਾ ਚੰਗੇ ਆ, ਉਹ ਇੱਦਾਂ ਮਤਲਬ ਗਾਲਾਂ ਨੀ ਕੱਢਦੇ ਹੈਗੇ ਕਿਸੇ ਨੂੰ, ਨਾ ਧਮਕੀਆਂ ਨੀ ਦਿੰਦੇ ਵੀ ਅਸੀਂ ਇੱਦਾਂ ਕਰਦਾਂਗੇ ਤੇਰੀ ਮਾਂ ਨੂੰ ਕੋਈ ਭੈਣ ਨੂੰ ਕੋਈ ਇੱਦਾਂ ਕਰਦਾਂਗੇ। ਤੁਸੀਂ ਬਲਾਤਕਾਰੀ ਕਿਸਮ ਦੇ ਬੰਦੇ ਆ ਤਾਂ ਤੁਹਾਨੂੰ ਰਾਜ ਚਾਹੀਦਾ, ਤੁਹਾਡੇ ਰਾਜ ਦੇ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਸੇਫ ਹੀ ਨਹੀਂ ਹੋ ਸਕਦੀਆਂ?
ਕਦੇ ਵੀ ਨੀ। ਮੈਂ ਕਹਿੰਦਾ ਵੀ ਉਹਨੇ ਪਟੀਸ਼ਨ ਪਾਈ ਆ ਭਗਤ ਸਿੰਘ ਦੁਆਬੀ ਨੇ, ਬਹੁਤ ਵਧੀਆ ਕੀਤਾ। ਮੈਂ ਜਿਹੜਾ ਵੀ ਬੰਦਾ ਮੰਨ ਲਓ ਵੀ ਐਨ ਤੁਹਾਡੇ ਵਿਰੋਧ ਕਰੂਗਾ, ਮੈਂ ਉਹਦੇ ਹੱਕ ਚ ਖੜੂੰਗਾ, ਡਾਂਗ ਦੇ ਕੇ ਰੱਖਣੀ ਆ ਤੁਹਾਡੇ, ਤੁਸੀਂ ਸੂਤ ਹੀ ਏਦਾਂ ਆਉਣਾ। ਅਕਲ ਨਾ ਥੋ ਤੁਹਾਨੂੰ, ਨਾ ਕੋਈ ਗੁਰਬਾਣੀ ਦਾ ਗਿਆਨ, ਨਾ ਕੋਈ ਤੁਸੀਂ ਮਤਲਬ ਅਕਲ ਲੈਣੀ ਆ, ਨਾ ਤੁਹਾਨੂੰ ਆ ਹੀ ਸਕਦੀ ਆ। ਤੇ ਜੇ ਹੁਣ ਕੋਈ ਨੁਕਸਾਨ ਹੋਇਆ ਹੈ ਨਾ, ਮਤਲਬ ਹੁਣ ਗਾਂਹ ਫੇਰ ਜੇ ਕੋਈ ਹੋਇਆ, ਹੁਣਾ ਹੈ ਹੀ ਆ, ਪਹਿਲਾਂ ਤੁਸੀਂ ਪੰਗੇ ਲੈਂਦੇ ਆ, ਮੁੜ ਕੇ ਉਦੋਂ ਬਾਅਦ ਕੁੱਟ ਪੈਂਦੀ ਆ, ਫੇਰ ਤੁਸੀਂ ਕਹਿੰਦੇ ਆ ਵੀ ਭਾਈ ਵੀ ਸਾਡੇ ਜਿਹੜੇ ਬੰਦੇ ਅੰਦਰ ਸਿੰਘ ਆ ਉਹਨਾਂ ਦੇ ਬਾਰੇ ਨੀ ਬੋਲਦੇ, ਦੂਜਿਆਂ ਤੇ ਵੀ ਮਤਲਬ ਜੇ ਕੋਈ ਇੰਸਟਾਗ੍ਰਾਮ ਚਲਾਉਂਦਾ, ਕੋਈ ਫੇਸਬੁੱਕ ਚਲਾਉਂਦਾ, ਵੀ ਸਾਡੇ ਸਿੰਘਾਂ ਬਾਰੇ ਨੀ ਬੋਲਦੇ, ਤੁਹਾਨੂੰ ਪੰਗਾ ਲੈਣ ਨੂੰ ਕਹਿੰਦਾ ਕੌਣ ਆ? ਦੱਸ, ਪਹਿਲਾਂ ਤੁਸੀਂ ਪੰਗਾ ਲੈਂਦੇ ਆ ਜਾਣ ਕੇ, ਉਦੋਂ ਤੁਹਾਨੂੰ ਹਟਾਉਂਦੇ ਹੋ, ਨਾ ਲਓ ਪੰਗਾ, ਨਾ ਲਓ ਪੰਗਾ, ਲੈ ਕੇ ਮੁੜ ਕੇ ਤੁਸੀਂ ਆਪਣਾ ਨੁਕਸਾਨ ਕਰਾਉਂਦੇ ਆ, ਫਿਰ ਉਦੋਂ ਬਾਅਦ ਚ ਉਹਨੂੰ ਕੈਸ਼ ਕਰਦੇ ਆ। ਇਹੋ ਜਿਹਾ ਤਾਂ ਤੁਹਾਡੇ ਜੀਵਨ ਆ। ਇਹ ਜਿਹੜੀਆਂ ਤੁਸੀਂ ਆਹ ਗੱਲਾਂ ਕਰਦੇ ਨਾ ਅੱਜ ਕੱਲ੍ਹ ਲੋਕਾਂ ਨੂੰ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਫਿਰਦੇ ਆ, ਇਹ ਯਾਦ ਰੱਖਿਓ, ਜਿਹੜੇ ਤੁਹਾਡੇ ਬੱਚੇ ਵੱਡੇ ਹੋਣੇ ਆ ਨਾ, ਉਹਨਾਂ ਨੂੰ ਸਭ ਪਤਾ ਤੁਹਾਡੇ ਜੀਵਨ ਦਾ, ਵੀ ਤੁਸੀਂ ਕੀ ਕੜੀ ਘੋਲੀ ਆਪਣੀ ਜ਼ਿੰਦਗੀ ਦੇ ਵਿੱਚ। ਤੁਸੀਂ ਪੰਥ ਦੀ ਗੱਲ ਕਰਦੇ ਆ, ਤੁਸੀਂ ਸਿੱਖੀ ਦੀ ਗੱਲ ਕਰਦੇ ਆ ਨਾ, ਜੇ ਤੁਹਾਡੇ ਬੱਚੇ ਵੀ ਕੱਲ ਨੂੰ ਸਿੱਖ ਰਹਿ ਗਿਆ ਤਾਂ ਕਹਿ ਦਿਓ, ਬਸ ਆਹ ਹੀ ਪੀੜ੍ਹੀ ਆ ਤੁਹਾਡੀ। ਕਿਉਂਕਿ ਬੱਚੇ ਜਿਹੜੇ ਹੈਗੇ ਆ ਨਾ, ਮੇਰਾ ਸਾਰਾ ਇਸ ਚੀਜ਼ ਦਾ ਮੈਂ ਦੇਖ ਚੁੱਕਾ, ਲੋਕਾਂ ਦਾ ਪਰਿਵਾਰ, ਲੋਕਾਂ ਦੇ ਪਰਿਵਾਰਾਂ ਦਾ ਸਿਸਟਮ, ਜਿਹੜੇ ਵੀ ਕੱਚੇ ਪਿੱਲੇ ਜਾਂ ਸਿੱਖ ਆ, ਜਿਹੜੇ ਬੰਦਿਆਂ ਦਾ ਸਟੇਜ ਤੇ ਜੀਵਨ ਹੋ ਰਿਹਾ, ਲੋਕਾਂ ਦੇ ਵਿੱਚ ਕੋਈ ਗੱਲ ਹੋਰ ਕਰਨੀ ਆ, ਨਿੱਜੀ ਜੀਵਨ ਹੋ ਰਿਹਾ, ਉਹਨਾਂ ਦੇ ਬੱਚੇ ਕਦੇ ਵੀ ਜਦੋਂ ਵੱਡੇ ਹੁੰਦੇ ਆ ਉਹ ਇੱਦਾਂ ਦੇ ਦੋਗਲੇ ਨਹੀਂ ਬਣਦੇ। ਉਹ ਇੱਕ ਪਾਸਾ ਹੀ ਕਰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਮਾਂ ਪਿਓ ਦਾ ਜਿੱਦਾਂ ਦਾ ਜੀਵਨ ਹੈਗਾ ਵਾ, ਵੀ ਬਾਹਰ ਕਰਦੇ ਆ ਲੋਕ ਦਿਖਾਵਾ। ਕਿੰਨੇ ਪ੍ਰਚਾਰਕਾਂ ਦੇ ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਦਾ ਬੇੜਾ ਗਰਕਿਆ ਪਿਆ, ਉਹ ਗੜਕਿਆ ਗਾ ਤੋਂ ਇਸ ਕਰਕੇ ਗਰਕਿਆ ਵੀ ਪ੍ਰਚਾਰਕ ਜਦੋਂ ਬਾਹਰ ਸਟੇਜ ਤੇ ਬਹਿੰਦਾ ਆ, ਜਦੋਂ ਕਿਤੇ ਸਪੀਚ ਦਿੰਦਾ ਬੋਲਦਾ ਆ, ਤੇ ਉਹ ਵੱਡੀਆਂ ਵੱਡੀਆਂ ਚੰਗੀਆਂ ਚੰਗੀਆਂ ਗੱਲਾਂ ਕਰਦਾ, ਪਰ ਜਿਹੜਾ ਉਹਦਾ ਨਿੱਜੀ ਜੀਵਨ ਆ ਉਹਦੇ ਵਿੱਚ ਉਹ ਚੀਜ਼ਾਂ ਆਪ ਹੀ ਨਹੀਂ ਕਮਾ ਰਿਹਾ। ਤੇ ਇਹ ਹਾਲ ਹੀ ਤੁਹਾਡੇ ਨਾਲ ਹੋਣਾ ਆ। ਤੁਸੀਂ ਲੋਕਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਆ ਨਾ ਮਿੱਤਰਾ, ਇੱਥੇ ਜਿਹੜਾ ਹਨਾ ਇਨਸਾਫ ਆ ਜਿਹਦੀ ਤੁਸੀਂ ਕਰਦੇ ਨਾ ਸਵਰਗ ਨਰਕ ਦੀ ਗੱਲ, ਉਹ ਇੱਥੇ ਹੀ ਆ। ਇਹ ਜਿਹੜੀ ਤੁਸੀਂ ਜ਼ਿੰਦਗੀ ਜੀ ਰਹੇ ਆ ਨਾ, ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ, ਬਲਾਤਕਾਰ ਦੀਆਂ ਧਮਕੀਆਂ ਦੇ ਕੇ, ਇਹ ਨਰਕ ਦੀ ਜ਼ਿੰਦਗੀ ਹੀ ਜੀ ਰਹੇ ਆ ਤੁਸੀਂ। ਜਿਹੜਾ ਕਹਿੰਦੇ ਨਾ ਕਲਯੁੱਗ, ਉਹ ਕਲਯੁੱਗ ਤੁਹਾਡੇ ਤੇ ਆ, ਸਾਡੇ ਤੇ ਕਲਯੁੱਗ ਨੀ, ਅਸੀਂ ਅੱਜ ਵੀ ਸਤਿਯੁੱਗ ਚ ਜੀ ਰਹੇ ਆ। ਠੀਕ ਆ, ਆਪਣਾ ਬਾਣੀ ਪੜ੍ਹੀ ਦੀ ਆ, ਚੰਗੇ ਚੰਗੀ ਗੱਲ ਕਰੀ ਦੀ ਆ, ਸੱਚ ਦੀ ਗੱਲ ਕਰੀ ਦੀ ਆ। ਮੈਂ ਕਹਿੰਦਾ ਦਸਾਂ ਬੰਦਿਆਂ ਤੇ ਖੜ ਕੇ ਕੋਈ ਬੰਦਾ ਡੇਰਾਵਾਦ ਨਾਲ ਸੰਬੰਧ ਨਾ ਰੱਖਦਾ ਹੋਵੇ, ਸਿਆਣਾ ਸੂਝਵਾਨ ਹੋਵੇ, ਉਹ ਬੰਦਾ ਕਹਿ ਨਹੀਂ ਸਕਦਾ ਵੀ ਭਾਈ ਵੀ ਇਹ ਬੰਦੇ ਜਿਹੜੇ ਅੰਮ੍ਰਿਤਪਾਲ ਦੇ ਵਿਰੋਧੀ ਆ, ਇਹ ਗਲਤ ਆ। ਲਾਂਟੀਓ ਤੁਸੀਂ ਤਾਂ ਮੰਨ ਲਓ, ਮੈਂ ਕਹਿੰਦਾ ਵੀ ਜਿਹੜਾ ਬੰਦਾ ਇੰਟਰਨੈਟ ਚਲਾਉਂਦਾ ਆ ਉਹ ਕਦੇ ਵੀ ਨੀ ਤੁਹਾਨੂੰ ਕਹਿ ਸਕਦਾ ਵੀ ਤੁਸੀਂ ਚੰਗੇ ਬੰਦੇ ਹੋ ਸਕਦੇ ਆ। ਸਿਰੇ ਦੇ ਨਸ਼ੇੜੀ ਜਿੰਨਾ ਟੋਲਾ ਸਾਰਾ ਇਕੱਠਾ ਹੋਇਆ, ਮਸਲਾ ਹੈਗਾ ਸਾਰਾ ਕੁਰਸੀ ਦਾ, ਉਹ ਤੁਸੀਂ ਹੁਣ ਗਾਂਹ ਚਲੋ ਜ਼ੋਰ ਲਾ ਲਿਓ ਜਿੰਨਾ ਕੁ ਲੱਗਦਾ ਆ। ਮਾਝੇ ਦੇ ਵਿੱਚ ਤਰਸ ਦੇ ਆਧਾਰ ਤੇ ਵੋਟ ਪੈ ਗਈ ਹੈ। ਇੱਕ ਗੱਲ ਹੋਰ, ਹੁਣ ਜਿਹੜਾ NSA ਆ, NSA ਲੱਗਿਆ ਹੋਇਆ ਵਾ, ਲਾਇਆ ਪੰਜਾਬ ਸਰਕਾਰ ਨੇ, ਕਹਿੰਦੇ ਆ, ਚਲੋ ਜਿੱਦਾਂ ਤੁਸੀਂ ਕਹਿੰਦੇ, ਹੁਣ ਮੈਨੂੰ ਤਾਂ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ, ਪੰਜਾਬ ਸਰਕਾਰ ਨੇ ਲਾਇਆ, ਤੇ ਜਦੋਂ ਹੁਣ ਇੱਕ ਸਾਲ ਦਾ NSA ਹੋਰ ਵਧਾਤਾ ਤਾਂ ਫੇਰ ਤੁਸੀਂ ਚੀਕਾਂ ਮਾਰਦੇ ਆ। ਤੇ ਜੇ ਮੰਨ ਲਓ ਵੀ ਭਗਵੰਤ ਮਾਨ ਕਹਿ ਦੇਵੇ ਵੀ ਚਲੋ ਜਦ ਐਵੇਂ ਬਹੁਤ ਚਿਰ ਹੋ ਗਿਆ, ਹੁਣ ਵੀ ਇਹਨੂੰ ਲਿਆਓ ਇੱਥੇ, ਫੇਰ ਤੁਸੀਂ ਕਿਹੜਾ ਉਹਦਾ ਧੰਨਵਾਦ ਕਰ ਦੇਣਾ? ਫੇਰ ਤੁਸੀਂ ਕਹਿਣਾ ਵੀ ਲੈ ਦੇਖਿਆ ਭਗਵੰਤ ਮਾਨ, ਅਸੀਂ ਤਾਂ ਮੋਦੀ ਵਰਗੇ ਜਿਹੜੇ ਹੈਗੇ ਇੱਦਾਂ ਕਰ ਦਿੱਤੇ, ਤੂੰ ਕੀ ਚੀਜ਼ ਆ, ਸਾਡੀ ਜਿੱਤ ਹੋਈ, ਅਸੀਂ ਤੈਨੂੰ ਹਰਾ ਦਿੱਤਾ। ਜਿਹੜੀ ਹਾਰ ਤੁਹਾਡੀ ਆਕੜ ਆ ਨਾ,
ਵੀ ਪਹਿਲਾਂ ਤੁਸੀਂ ਤਾਲੇ ਕੱਢਣੇ ਆ ਤੇ ਜਦੋਂ ਤੁਹਾਡੀ ਕਿਸੇ ਪਾਸਿਓ ਮਾੜੀ ਮੋਟੀ ਸੁਣਵਾਈ ਹੋ ਗਈ ਫੇਰ ਤੁਸੀਂ ਅਗਲੇ ਦੇ ਉੱਤੇ ਚੜ੍ਹਨਾ। ਠੀਕ ਹੈ, ਪਹਿਲਾਂ ਤੁਸੀਂ ਪੈਰੀ ਪੈਂਦੇ ਮੁੜ ਕੇ ਗੱਲ ਨੂੰ ਆਉਣੇ। ਇਸੇ ਕਰਕੇ ਜਿਹੜਾ ਹੈਗਾ ਸਰਕਾਰ ਵੀ ਤੁਹਾਡੇ ਨਾਲ ਕੋਈ ਨਰਮੀ ਨਹੀਂ ਵਰਤਦੀ। ਤੁਸੀਂ ਜੇ ਭਗਵੰਤ ਮਾਨ ਕੋ ਮੈਨੂੰ ਨਹੀਂ ਪਤਾ ਹੁਣ ਚਲੋ ਸ਼ੋਰ, ਪਰ ਫੇਰ ਵੀ ਮੈਂ ਅੰਦਾਜ਼ਾ ਜਿਹਾ ਲਾ ਸਕਦਾ ਜੇ ਤੁਸੀਂ ਭਗਵੰਤ ਮਾਨ ਕੋ ਨੀਵੇਂ ਹੋ ਕੇ ਜਾਓ ਨਾ ਸਾਰੇ ਜਾਣੇ ਵੀ ਭਾਈ ਸਾਡੇ ਕੋਲ ਗਲਤੀ ਹੋ ਗਈ, ਸਾਡੇ ਕੋਲ ਜੋ ਹੋਇਆ ਮਤਲਬ ਕਾਨੂੰਨ ਦੀ ਹਨਾ ਜੋ ਵੀ ਅਸੀਂ ਕੀਤੀ ਉਲੰਘਣਾ ਕੀਤੀ ਆ ਸਾਡੇ ਕੋਲ ਗਲਤੀ ਹੋ ਗਈ, ਚਲੋ ਛੱਡੋ ਪਰੇ ਜੋ ਵੀ ਹੈਗਾ ਆਪਾਂ ਸਾਰੇ ਭਾਈ ਆ, ਠੀਕ ਆ ਵੀ ਸਾਡੇ ਨਾਲ ਇੰਨਾ ਧੱਕਾ ਨਾ ਕਰੋ ਵੀ ਆਪਾਂ ਸਾਰੇ ਰਲ ਮਿਲ ਕੇ ਵਧੀਆ ਪੰਜਾਬ ਦਾ ਭਲਾ ਕਰੀਏ। ਤੇ ਹੋ ਸਕਦਾ ਭਗਵੰਤ ਮਾਨ ਤੁਹਾਡੀ ਗੱਲ ਮੰਨ ਕੇ ਠੀਕ ਆ ਤੇ ਉਹ NSA ਹਟਾ ਕੇ ਉਹਨੂੰ ਪੰਜਾਬ ਲੈ ਆਵੇ, ਪਰ ਜਦੋਂ ਤੁਸੀਂ ਕਹਿੰਦੇ ਆ ਵੀ ਹਾਂ ਵੀ ਭਾਈ ਵੀ ਅਸੀਂ ਜਦ ਨਾ ਇੱਦਾਂ ਕਰ ਦਿਆਂਗੇ ਭਗਵੰਤ ਮਾਨ ਨੂੰ ਧਮਕੀਆਂ, ਜਾਣੀ ਕਿ ਤੁਹਾਡੀ ਔਕਾਤ ਹੈਗੀ ਆ ਕਿਸੇ ਦੀ ਭਗਵੰਤ ਮਾਨ ਦੀ ਦਿਨ ਨੂੰ ਧਮਕੀਆਂ ਦੇਣ ਲਈ ਜਾਂ ਕੋਈ ਮੋਦੀ ਨੂੰ ਧਮਕੀਆਂ ਦੇਣ ਲਈ? ਫੇਕ ਤੁਸੀਂ ਆਈਡੀਆਂ ਬਣਾਈ ਫਿਰਦੇ, ਨਕਲੀ ਤੁਹਾਡੇ ਅਕਾਊਂਟ ਬਣਾਏ ਹੋਏ ਆ ਗਾਲਾਂ ਕੱਢਣ ਨੂੰ, ਡਰਦੇ ਤੁਸੀਂ ਜੁੱਤੀਆਂ ਦੇ ਡਰ ਤੋਂ ਅਸਲੀ ਆਈਡੀ ਨਹੀਂ ਬਣਦੀ ਤੁਹਾਡੇ ਤੋਂ, ਤੇ ਹੋਰ ਤੁਸੀਂ ਪੰਥ ਦਾ ਕੀ ਸਵਾਰ ਲੈਣਾ? ਪੰਥ ਦਾ ਸਵਾਰੋਗੇ ਤੇ ਤਾਂ ਤੁਹਾਨੂੰ ਪੰਥ ਦੇ ਮੈਂ ਕਹਿੰਦਾ ਵੀ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਆਮ ਬੰਦੇ ਹੈਗੇ ਆ। ਠੀਕ ਆ, ਹੁਣ ਮੈਂ ਜ਼ਿਆਦਾ ਖੁੱਲ ਕੇ ਨਹੀਂ ਗੱਲ ਕਰਨੀ ਹੈਗੀ ਅੰਮ੍ਰਿਤਪਾਲ ਨੂੰ, ਮੈਂ ਇੱਕ ਵੀਡੀਓ ਹੋਰ ਦੇ ਵਿੱਚ ਚਲੋ ਗੱਲ ਕੀਤੀ ਆ ਅੰਮ੍ਰਿਤਪਾਲ ਜਦੋਂ ਵੀ ਆਇਆ ਨਾ, ਤੇ ਉਹਦਾ ਚੈਲੰਜ ਜਿਹੜਾ ਹੈਗਾ ਮੈਂ ਐਕਸੈਪਟ ਕਰਦਾ ਤੇ ਮੈਨੂੰ ਕਰਾਊਡ ਡਿਬੇਟ ਮੇਰੀ ਉਹਨਾਂ ਅੰਮ੍ਰਿਤਪਾਲ ਨਾਲ ਟੇਬਲ ਟਾਕ ਧਰਮ ਦੇ ਆਧਾਰ ਤੇ ਕਰਾਂਗੇ। ਇਹਨਾਂ ਨੂੰ ਕਿਹੜਾ ਪਤਾ ਧਰਮ ਦਾ ਕੁਛ? ਇੰਨੀਆਂ ਕੁ ਮੈਂ ਬੇਨਤੀਆਂ ਕਰਨੀਆਂ ਸੀ ਭਾਈ ਵੀ ਜੇ ਤੁਸੀਂ ਦੂਜੇ ਦੀ ਧੀ ਭੈਣ ਦੇ ਤੇ ਇੱਦਾਂ ਕਰੋਗੇ ਨਾ ਇਹ ਕੱਲ ਨੂੰ ਤੁਹਾਡੇ ਤੇ ਵੀ ਆਉਣੀ ਆ। ਇਹ ਜਿਹੜੀਆਂ ਹੁਣ ਜੋ ਤੁਸੀਂ ਗਤੀਵਿਧੀਆਂ ਕਰਦੇ ਆ ਨਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਚਾਹੇ ਕੋਈ ਐਡਰੈਸ ਜਾਂ ਕਿਸੇ ਦੀਆਂ ਫੋਟੋਆਂ ਤੁਸੀਂ ਵਾਇਰਲ ਕਰੋਗੇ, ਇਹ ਸਾਰੀ ਚੀਜ਼ ਦਾ ਸੇਕ ਅੰਮ੍ਰਿਤਪਾਲ ਦੇ ਟੱਬਰ ਨੂੰ ਲੱਗਣਾ, ਅੰਮ੍ਰਿਤਪਾਲ ਦੀ ਮਾਂ ਦੀਆਂ, ਅੰਮ੍ਰਿਤਪਾਲ ਦੇ ਦੀ ਘਰ ਵਾਲੀ ਦੀਆਂ। ਠੀਕ ਆ, ਇਹ ਫਿਰ ਉਹਨਾਂ ਨੂੰ ਇਹ ਝੱਲਣਾ ਪੈਣਾ ਆ ਸਾਰਾ ਕੁਛ। ਤੁਸੀਂ ਤੇ ਲੁਕ ਜਾਣਾ, ਤੁਸੀਂ ਤੇ ਮੋਹਰੇ ਅੰਮ੍ਰਿਤਪਾਲ ਦੀ ਮਤਲਬ ਟੀਮ ਆ, ਤੁਸੀਂ ਅੰਮ੍ਰਿਤਪਾਲ ਦੀ ਟੀਮ ਆ, ਤੁਸੀਂ ਅੰਮ੍ਰਿਤਪਾਲ ਦਾ ਨਾਂ ਵਰਤ ਕੇ ਤੇ ਤੁਸੀਂ ਉਹਦੇ ਪਿੱਛੇ ਲੁਕਦੇ ਆ। ਪਰ ਹੁਣ ਨਕਲੀ ਆਈਡੀਆਂ ਤੋਂ ਤੁਸੀਂ ਜੋ ਕੁਛ ਕਰਦੇ ਆ ਹੁਣ ਅਗਲੇ ਨੂੰ ਤੁਹਾਡਾ ਪਤਾ ਨਹੀਂ ਹੈ, ਅਗਲੇ ਨੂੰ ਪਤਾ ਵੀ ਭਾਈ ਵੀ ਤੁਸੀਂ ਅੰਮ੍ਰਿਤਪਾਲ ਦੇ ਬੰਦੇ ਆ, ਤੇ ਇਹਦਾ ਜਿਹੜਾ ਨੁਕਸਾਨ ਹੈ ਅੰਮ੍ਰਿਤਪਾਲ ਦੀ ਘਰ ਵਾਲੀ ਨੂੰ, ਅੰਮ੍ਰਿਤਪਾਲ ਦੇ ਪਰਿਵਾਰ ਨੂੰ, ਉਹਦੀ ਮਾਂ ਨੂੰ ਉੱਥੇ ਹੋਣਾ। ਠੀਕ ਹੈ, ਇਸ ਕਰਕੇ ਸਿਆਣੇ ਬਣਿਆ ਕਰੋ, ਅਕਲ ਲਿਆ ਕਰੋ, ਮਾੜਾ ਮੋਟਾ ਉਹ ਹਰਾਮੀ ਬਾਣੀ ਪੜ੍ਹ ਲਿਆ ਕਰੋ, ਕੋਈ ਅਰਥਾਂ ਸਹਿਤ ਸਹਿਜ ਪਾਠ ਕਰ ਲਿਆ ਕਰੋ, ਮਾੜਾ ਮੋਟਾ ਤੁਹਾਨੂੰ ਅਕਲ ਆਵੇ ਵੀ ਗੁਰੂ ਸਾਹਿਬ ਨੇ ਕਿਹਾ ਕੀ ਹੈ। ਆਪਣਾ ਮਾੜਾ ਮੋਟਾ ਦਿਮਾਗ ਚੰਗੇ ਪਾਸੇ ਲਾਓਗੇ ਨਾ ਉਹ ਚੰਗੀ ਸੋਚ ਤੁਹਾਡੇ ਦਿਮਾਗ ਦੇ ਵਿੱਚ ਨਿਕਲੂਗੀ। ਜਦੋਂ ਹਰ ਟਾਈਮ ਗਾਂਧੀ ਦੇਖੀ ਜਾਣਾ, ਗਾਂਧੀ ਬੋਲੀ ਜਾਣਾ, ਉਹ ਜਿਹੜਾ ਦਿਮਾਗ ਹੁੰਦਾ ਨਾ ਆਪਣਾ, ਉਹ ਦਿਮਾਗ ਜਿੱਧਰ ਨੂੰ ਆਪਾਂ ਲਾ ਲਈਏ ਮਤਲਬ ਮਾੜੇ ਕੰਮ ਨੂੰ ਲਾ ਲਈਏ ਤੇ ਮਾੜੇ ਤਰੀਕੇ ਦਿਮਾਗ ਜਿਹੜਾ ਹੈਗਾ ਉਹ ਦੇਣ ਲੱਗ ਜਾਂਦਾ ਹੁੰਦਾ। ਤੁਸੀਂ ਇੰਨੇ ਗਰਕੇ ਆ, ਤੁਸੀਂ ਜਿੱਦਾਂ ਦੀ ਤੁਹਾਡੀ ਸੋਚ ਹੋਈ ਆ ਤੁਸੀਂ ਗਾਲ ਜ਼ਰੂਰ ਗੰਦੀ ਤੋਂ ਗੰਦੀ ਬਣਾ ਸਕਦੇ ਆ, ਕੋਈ ਪੰਥ ਦਾ ਭਲਾ ਨਹੀਂ ਕਰ ਸਕਦੇ। ਤੁਸੀਂ ਬਾਣੀ ਪੜ੍ਹ ਲਿਆ ਕਰੋ, ਕੋਈ ਅਰਥਾਂ ਸਹਿਤ ਮਾੜਾ ਮੋਟਾ ਸਹਿਜ ਪਾਠ ਕਰ ਲਿਆ ਕਰੋ। ਠੀਕ ਹੈ, ਆਪਣਾ ਕੋਈ ਮੈਡੀਟੇਸ਼ਨ ਕਰਿਆ ਕਰੋ, ਤੁਹਾਡੇ ਦਿਮਾਗ ਜਿਹੜੇ ਆ ਉਹ ਟਿਕਾਣੇ ਆਉਣ, ਆ ਭੇਡ ਬਿਰਤੀ ਦੇ ਵਿੱਚ ਤੁਸੀਂ ਬਾਹਰ ਆਓ। ਠੀਕ ਹੈ, ਕਿਸੇ ਬੰਦੇ ਦੇ ਮਗਰ ਲੱਗ ਕੇ ਤੁਸੀਂ ਜਿਹੜਾ ਹੈਗਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਫਿਰਦੇ ਆ, ਤੇ ਜੇ ਜਦੋਂ ਕੱਲ ਨੂੰ ਤੁਹਾਡੇ ਤੇ ਆਈ ਤੇ ਫੇਰ ਤੁਸੀਂ ਕਹਿੰਦੇ ਆ ਵੀ ਭਾਈ ਸਾਡੀਆਂ ਧੀਆਂ ਭੈਣਾਂ ਨਾਲ ਧੱਕਾ ਹੋਇਆ, ਉਹ ਜਿਹੜਾ 84 ਤੋਂ ਬਾਅਦ ਹੋਇਆ ਸੀ ਨਾ ਧੱਕਾ, ਤੇ ਮੈਨੂੰ ਤਾਂ ਵੈਸੇ ਓਦਾਂ ਇੱਦਾਂ ਲੱਗਦਾ ਹੁਣ ਮੈਂ ਗੱਲ ਕਹਿਣੀ ਨਹੀਂ ਸੀ, ਚਲੋ ਮੈਂ ਕਹਿ ਹੀ ਦੇਣੀ ਆ, ਕੋਈ ਗੱਲ ਨਹੀਂ ਵੀ ਜਿਹੜਾ ਤੁਸੀਂ ਕਹਿੰਦੇ ਆ ਵੀ ਹਾਂ ਵੀ ਭਾਈ ਵੀ ਸਾਡੀਆਂ ਧੀਆਂ ਭੈਣਾਂ ਦੇ ਨਾਲ ਧੱਕਾ ਹੋਇਆ। ਠੀਕ ਆ, ਹੁਣ ਧੱਕਾ ਜਿਹੜਾ ਹੈਗਾ ਜਦੋਂ ਉਹਨਾਂ ਦਾ ਜ਼ੋਰ ਚੱਲਦਾ ਸੀ ਉਹਨਾਂ ਨੇ ਧੱਕਾ ਕਰ ਲਿਆ, ਤੇ ਜਿੱਦਣ ਤੁਹਾਡਾ ਮੈਂ ਕਹਿੰਦਾ ਮਾੜਾ ਜਿਹਾ ਰਾਜ ਆ ਜਾਵੇ ਤੁਸੀਂ ਕਿਹੜਾ ਘੱਟ ਕਰਨ ਲੱਗੇ ਆ,
ਇਹ ਤਾਂ ਗੱਲ ਜ਼ੋਰ ਦੀ ਆ ਨਾ, ਜਿਹਦਾ ਜ਼ੋਰ ਚੱਲਦਾ ਜਾਂ ਤਾਂ ਤੁਸੀਂ ਸਾਬਤ ਕਰੋ ਨਾ ਭਾਈ ਵੀ ਪੰਜਾਬ ਸਰਕਾਰ ਨੇ ਜਾਂ ਹਿੰਦੂਆਂ ਨੇ ਜਾਂ ਹੋਰ ਕੋਈ ਵੀ ਏਜੰਸੀਆਂ ਦੇ ਨਾਲ ਸਾਡੇ ਨਾਲ ਧੱਕਾ ਕੀਤਾ, ਪਰ ਅਸੀਂ ਕਿਸੇ ਦੀ ਧੀ ਭੈਣ ਨਾਲ ਧੱਕਾ ਨਹੀਂ ਕਰਦੇ ਤੇ ਨਾ ਅਸੀਂ ਜਰ ਸਕਦੇ ਹਾਂ। ਉਹ ਲਾਂਟੀਓ ਤੁਸੀਂ ਤਾਂ ਸ਼ਰੇਆਮ ਮਤਲਬ ਬਲਾਤਕਾਰਾਂ ਦੀਆਂ ਤਾਂ ਧਮਕੀਆਂ ਦੇਣ ਡਿਆ ਲੋਕਾਂ ਨੂੰ, ਤੁਸੀਂ ਤਾਂ ਉਹਨਾਂ ਨਾਲੋਂ ਵੀ ਮਾੜੇ ਆ। ਉਹਨਾਂ ਨੇ ਤਾਂ ਇੱਕ ਘਟਨਾ ਵਾਪਰੀ ਸੀ, ਠੀਕ ਹੈ, ਤਾਂ ਕਰਕੇ ਜੋ ਗੱਲ ਹੋਇਆ ਹੋਈ ਸੀ। ਮੈਂ ਕਹਿੰਦਾ ਤੁਹਾਡੀ ਸਰਕਾਰ ਆ ਜਾਵੇ, ਤੁਸੀਂ ਸਾਰੇ ਆਪਣੇ MLA ਬਣਾ ਲਓ, ਤੁਹਾਡੀ ਸਰਕਾਰ ਆ ਜਾਵੇ, ਜਿੱਦਾਂ ਆਮ ਆਦਮੀ ਪਾਰਟੀ ਦੀ ਹੈ, ਗੁੰਡਾ ਰਾਜ ਆਊਗਾ, ਗੁੰਡਾ ਰਾਜ ਹੈ, ਠੀਕ ਹੈ, ਕੋਈ ਸੇਫ ਨਹੀਂ ਹੋਊਗਾ, ਨਾ ਇਹ ਆ ਹੀ ਸਕਦੀ ਹੈ। ਉਹ ਠੀਕ ਹੈ, ਅੰਮ੍ਰਿਤਪਾਲ ਨੂੰ ਵੋਟਾਂ ਪੈ ਗਈਆਂ, ਤਰਸ ਦੇ ਆਧਾਰ ਤੇ ਪੈ ਗਈਆਂ, ਲੋਕਾਂ ਨੇ ਪਾਤੀਆਂ। ਹੋਰ ਤੁਹਾਨੂੰ ਕੀ ਲੱਗਦਾ ਵੀ ਹਾਂ ਵੀ ਦੁਨੀਆਂ ਤੁਹਾਡੀ ਸਪੋਰਟ ਕਰਦੀ ਹੈ? ਗੁੰਡਿਆਂ ਦੀ ਸਪੋਰਟ ਕਦੇ ਵੀ ਨਹੀਂ ਕਰੂਗੀ ਦੁਨੀਆਂ। ਇੰਨੀਆਂ ਕੁ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।